ਖਾਲਸਾ ਟੀਵੀ ਦੇਖ ਰਹੇ ਸਭ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਕਈ ਦਿਨਾਂ ਤੋਂ ਇੱਕ ਆਡੀਓ ਜੋ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਇਨਸਾਨ ਦਾਅਵਾ ਕਰ ਰਿਹਾ ਹੈ ਕਿ ਕੈਂਪ ਲਗਾਉਣ ਵਾਲੇ, ਖੂਨਦਾਨ ਕੈਂਪ ਲਗਾਉਣ ਵਾਲੇ ਜੋ ਪ੍ਰਬੰਧਕ ਨੇ ਉਹ 1000 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਸੇ ਕਮਾਉਂਦੇ ਨੇ। ਅਤੇ ਉਸ ਤੋਂ ਬਾਅਦ ਜਦੋਂ ਸਾਡੀ ਟੀਮ ਵੱਲੋਂ ਡਾਕਟਰਾਂ ਨਾਲ ਗੱਲ ਕੀਤੀ ਗਈ ਤਾਂ ਉਸ ਵਿੱਚ ਪਤਾ ਲੱਗਿਆ ਹੈ ਕਿ ਇਹ ਆਡੀਓ ਬਿਲਕੁਲ ਫੇਕ ਹੈ ਅਤੇ ਜੋ ਵੀ ਇਹ ਇਨਸਾਨ ਦਾਅਵਾ ਕਰ ਰਿਹਾ ਹੈ ਇਹ ਬਿਲਕੁਲ ਝੂਠ ਬੋਲ ਰਿਹਾ ਹੈ। ਉਸ ਤੋਂ ਬਾਅਦ ਇਸ ਇਨਸਾਨ ਨਾਲ ਵੀ ਜਦੋਂ ਗੱਲ ਕੀਤੀ ਗਈ ਤਾਂ ਉਸਨੇ ਇਸ ਤੇ ਮਾਫੀ ਮੰਗੀ ਹੈ। ਆਓ ਸੁਣਦੇ ਹਾਂ ਪਹਿਲਾਂ। ਹਾਂ, ਅਸੀਂ ਦਿੰਦੇ ਹਾਂ ਬਲੱਡ, ਅਸੀਂ ਵੀ ਦਿੰਦੇ ਹਾਂ, ਇਹ ਨਹੀਂ ਗੱਲ ਨਹੀਂ, ਅਸੀਂ ਬਾਈ ਹੈਂਡ ਦਿੰਦੇ ਹਾਂ ਜਦੋਂ ਆਪਾਂ, ਅਸੀਂ ਵੀ ਹੁਣ ਜ਼ਿਆਦਾ ਅਸੀਂ ਵੀ ਇਹੀ ਕੰਮ ਕਰਨ ਲੱਗੇ ਵੀ ਜਦੋਂ ਕਿ ਐਮਰਜੈਂਸੀ ਹੁੰਦੀ ਹੈ ਅਸੀਂ ਡਾਇਰੈਕਟ ਅਗਲੇ ਨਾਲ ਕੰਟੈਕਟ। ਹਾਂ ਬਸ, ਕਿਉਂਕਿ ਸਾਡਾ ਖੂਨ ਇਹ ਵੇਚਿਆ ਜਾਂਦਾ, ਸਾਡੀ ਨੌਜਵਾਨੀ ਦਾ ਖੂਨ ਇਹ ਵੇਚਿਆ ਜਾਂਦਾ। ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਚਲੋ ਠੀਕ ਆ, ਆਪਾਂ ਬਲੱਡ ਡੋਨੇਟ ਕਰਦੇ ਹਾਂ, ਠੀਕ ਹੈ ਜੀ, ਤੁਸੀਂ ਮੈਨੂੰ ਬਲੱਡ ਵਾਪਸ ਲੈ ਕੇ ਦਿਖਾਓ, ਇੱਕ ਵੀ ਯੂਨਿਟ ਮੈਨੂੰ ਲੈ ਕੇ ਦਿਖਾਓ, ਮੈਂ ਤੁਹਾਡਾ ਦੇਣਦਾਰ ਰਹੂੰਗਾ ਸਾਰੀ ਜ਼ਿੰਦਗੀ। ਜਿਹੜਾ ਆਪਾਂ ਜਮ੍ਹਾਂ ਕਰਾ ਦਾਂਗੇ 5-7 ਯੂਨਿਟਾਂ ਵੀ ਸਾਡੀਆਂ ਐਮਰਜੈਂਸੀ ਵਾਸਤੇ ਰੱਖ ਲਓ, ਸਾਨੂੰ ਲੋੜ ਭਾਈ ਦੇ ਦਿਓ, ਅਸੀਂ ਚਾਹੇ 100 ਯੂਨਿਟ ਦੇਤੀ ਚਾਹੇ 200 ਯੂਨਿਟ ਦੇਤੀ, ਤੁਸੀਂ 5 ਯੂਨਿਟਾਂ ਮੈਨੂੰ ਵਾਪਸ ਲੈ ਕੇ ਦਿਖਾਓ ਉਸੇ ਹਸਪੀਟਲ ਤੋਂ, ਠੀਕ ਹੈ ਜੀ, ਨਹੀਂ ਮਿਲਦੀਆਂ। ਅੱਛਾ ਜੀ, ਨਹੀਂ ਜਿਵੇਂ ਅਸੀਂ ਜ਼ਿਆਦਾ ਸਾਡੇ ਆਉਂਦੀ ਟੀਮ ਆਉਂਦੇ ਹਾਂ ਜ਼ਿਆਦਾ, ਹਾਂਜੀ ਹਨਾ, ਇਹੀ ਲੈ ਕੇ ਇਹਨਾਂ ਨੇ ਸਾਨੂੰ ਕਦੇ ਨਹੀਂ ਕੋਈ ਸਾਨੂੰ ਤਾਂ ਦੱਸੀ ਨਹੀਂ, ਕਹਿੰਦੇ ਵੀ ਕੋਈ ਇੱਦਾਂ ਵੀ ਜੀ 1000 ਰੁਪਿਆ ਯੂਨਿਟ ਦਾ, 50 ਰੁਪਏ ਰਿਫਰੈਸ਼ਮੈਂਟ ਦੇ। ਅੱਛਾ ਜੀ, ਮਿਲਦੇ ਨੇ, ਹੁਣ ਕੌਣ ਲੈਂਦਾ ਬੰਦਾ, ਜਿਹੜਾ ਤੁਹਾਡਾ ਕੋਈ ਆਗੂ ਆ ਉਹਨੂੰ ਪੁੱਛੋ। ਅੱਛਾ ਜੀ, ਹਾਂ ਸਾਡੀ ਜਿਹੜੀ ਸਾਡੀ ਜੇ ਆਪਾਂ ਉਹਦੇ ਨਾਲ ਗੱਲ ਕਰਾਂਗੇ ਜੋ ਸਾਡਾ ਪ੍ਰਧਾਨ ਆ, ਜੇ ਅਸੀਂ ਉਹਨੂੰ ਪੁੱਛੀਏ ਉਹ ਫਿਰ ਮੂੰਹ ਤੋਂ ਕਹੂਗਾ ਵੀ ਮੈਨੂੰ ਸਬੂਤ ਦਿਓ ਉਹਨੂੰ ਕੀ ਕੀ। ਮੈਨੂੰ ਆਨਲਾਈਨ ਲਾਓ ਤੁਸੀਂ, ਨਾ ਨਾ ਮੈਨੂੰ ਕਾਨਫਰੰਸ ਜਦ ਹੀ ਲੈ ਲਿਓ, ਠੀਕ ਹੈ ਜੀ, ਮੈਨੂੰ ਕਾਨਫਰੰਸ ਜਦ ਹੀ ਲੈ ਲਿਓ, ਮੈਨੂੰ ਬੁਲਾਓ ਇੱਥੇ, ਠੀਕ ਹੈ ਜੀ, ਠੀਕ ਹੈ। ਇਹ ਸੀ ਆਡੀਓ ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ 1000 ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਸੇ ਕਮਾਏ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਇਸ ਨੂੰ ਫੋਨ ਲਗਾ ਕੇ ਪੁੱਛਿਆ ਗਿਆ ਤਾਂ ਉਹ ਸੁਣਦੇ ਹਾਂ ਇਸਦਾ ਕੀ ਕਹਿਣਾ ਹੈ। ਹਾਂ ਵੀਰ ਜੀ, ਸਤਿ ਸ਼੍ਰੀ ਅਕਾਲ, ਮੇਰੇ ਭਰਾਵਾਂ ਨੂੰ, ਮੇਰੇ ਦੋਸਤਾਂ ਨੂੰ, ਮੇਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਮੈਂ ਹਰਕਮਲ ਸਿੰਘ। ਵੀਰ ਜੀ, ਮੇਰੀ ਨਾ ਕਾਡੀਓ ਵਾਇਲ ਕਰ ਦਿੱਤੀ, ਇੱਧਰੋਂ ਕਿਸੇ ਸੁਨਾਮ ਦੇ ਮਿਲਣੇ, ਮੈਂ ਉਹਦੇ ਨਾਲ ਮੋਬਾਈਲ 'ਤੇ ਗੱਲ ਕਰਦਾ ਸੀ ਕਿਸੇ ਵਿਸ਼ੇ ਦੇ ਵਿੱਚ, ਪਰ ਉਹ ਮੇਰੇ ਤੋਂ ਮਤਲਬ ਗਲਤ ਕਿਹਾ ਗਿਆ, ਅਤੇ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਇਹ ਵੀ ਜਦੋਂ ਵੀ ਅਸੀਂ ਮਤਲਬ ਬਲੱਡ ਅਸੀਂ ਲੈਣ ਜਾਂਦੇ ਹਾਂ ਤਾਂ ਸਾਡਾ ਮਤਲਬ ਫੀਸ 1000 ਰੁਪਇਆ ਲਈ ਜਾਂਦੀ ਹੈ, ਨਾਲੇ ਸਾਡੇ ਤੋਂ ਬਲੱਡ ਲਿਆ ਜਾਂਦਾ, ਨਾਲੇ ਸਾਡੇ ਤੋਂ ਫੀਸ ਲਈ ਜਾਂਦੀ ਹੈ 1000 ਰੁਪਇਆ, ਹੈ ਨਾ, ਅਤੇ ਜਦੋਂ ਅਸੀਂ ਕਿਸੇ ਮਤਲਬ ਹੋਰ ਹੋਸਪਿਟਲ 'ਚੋਂ ਸਰਕਾਰੀ ਹਸਪਤਾਲ 'ਚੋਂ ਲੈ ਕੇ ਜਾਂਦੇ ਹਾਂ ਤਾਂ ਜੇ ਆਪਾਂ ਸਰਕਾਰੀ ਹਸਪਤਾਲ ਦੇ ਵਿੱਚ ਹੀ ਸਾਡਾ ਪੇਸ਼ੈਂਟ ਮਤਲਬ ਐਡਮਿਟ ਹੈ, ਜੇ ਅਸੀਂ ਉੱਥੋਂ ਬਲੱਡ ਮਤਲਬ ਲੈਂਦੇ ਹਾਂ ਤਾਂ ਸਾਡੇ ਤੋਂ 300 ਰੁਪਇਆ ਫੀਸ ਵੀ ਵਸੂਲੀ ਜਾਂਦੀ ਹੈ, ਅਤੇ ਨਾਲੇ ਸਾਡੇ ਤੋਂ ਬਲੱਡ ਲਿਆ ਜਾਂਦਾ ਉਹਦੇ ਬਦਲੇ ਦੇ ਵਿੱਚ, ਫਿਰ ਸਾਨੂੰ ਬਲੱਡ ਉੱਥੋਂ ਮਿਲਦਾ। ਅਤੇ ਪਰ ਲੇਕਿਨ ਜਿਹੜੇ ਸਾਡੇ ਮੇਰੇ ਬਲੱਡ ਡੋਨੇਟ ਕਰਨ ਵਾਲੇ ਵੀਰ ਨੇ, ਮੇਰੇ ਪਿਆਰੇ ਭਰਾ ਨੇ, ਜੋ ਸਮਾਜ ਸਾਡੀ ਨੌਜਵਾਨ ਪੀੜ੍ਹੀ ਹੈ ਜੋ ਸਾਡੀ ਸਮਾਜ ਨੂੰ ਅੱਗੇ ਲੈ ਕੇ ਜਾਂਦੀ ਹੈ, ਉਹ ਬਹੁਤ ਵੱਡੇ ਪੱਧਰ 'ਤੇ ਬਲੱਡ ਡੋਨੇਟ ਕਰਦੇ ਨੇ। ਅਸੀਂ ਖੁਦ ਵੀ, ਮੈਂ ਸਮਾਜ ਸੇਵੀ ਸੰਸਥਾ ਨਾਲ ਜੁੜਿਆ ਹਾਂ, ਮੇਰੇ ਫਾਦਰ ਸਾਹਿਬ ਵੀ ਬਹੁਤ ਚਿਰ ਦੇ ਮਤਲਬ ਇਹੀ ਸਮਾਜ ਸੇਵਾ ਦਾ ਹੀ ਕੰਮ ਕਰਦੇ ਆ ਰਹੇ ਨੇ, ਮੈਂ ਵੀ ਮਤਲਬ ਕਈ ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਕਰਦਾ, ਕਿਸੇ ਬੇਟੀ ਦੀ ਮੈਰਿਜ ਹੁੰਦੀ ਆ ਤਾਂ ਉਹਨੂੰ ਵੀ ਚਾਹੇ ਮਸ਼ੀਨ ਚਾਹੇ ਪੱਖਾ ਕਿਤੇ ਵੀ ਮਤਲਬ ਕਿਸੇ ਵੀ ਸੰਸਥਾ ਤੋਂ ਕਿਵੇਂ ਨਾ ਕਿਵੇਂ ਕਰਕੇ ਅਸੀਂ ਮਤਲਬ ਉਸ ਬੇਟੀ ਨੂੰ ਅਸੀਂ ਦਿੰਦੇ ਹਾਂ। ਅਤੇ ਮਤਲਬ ਮੇਰਾ ਵੀਰ ਜੀ, ਹੁਣ ਦੇਖੋ ਤੁਸੀਂ ਬਲੱਡ ਡੋਨੇਟ ਕਰਦੇ ਹੋ, ਜੇ ਬਲੱਡ ਡੋਨੇਟ ਨਹੀਂ ਹੋਊਗਾ ਤਾਂ ਜਿਹੜੇ ਕੈਂਸਰ ਦੇ ਮਰੀਜ਼ ਨੇ ਜਾਂ ਜਿਹੜੇ ਥੈਲੇਸੀਮੀਆ ਦੇ ਮਰੀਜ਼ ਨੇ ਮਤਲਬ ਜਾਂ ਡੇਂਗੂ ਵਾਲੇ ਮਰੀਜ਼ ਨੇ ਜਿਹਨੂੰ ਮੌਕੇ 'ਤੇ ਪ੍ਰੈਜੈਂਟ ਸਾਨੂੰ ਮਤਲਬ ਬਲੱਡ ਦੇਣ ਦੀ ਲੋੜ ਪੈ ਜਾਵੇ, ਐਮਰਜੈਂਸੀ ਲੋੜ ਪੈ ਜਾਵੇ, ਉਹ ਵੀਰ ਜੀ ਬਲੱਡ ਡੋਨੇਟਰ, ਉਹ ਵੀਰ ਜੀ ਤੁਹਾਡੇ ਸਿਰ 'ਤੇ ਹੀ ਉਹ ਮਤਲਬ ਉਹਨਾਂ ਦਾ ਇਲਾਜ ਸੰਭਵ ਹੈ। ਅਤੇ ਦੂਸਰੀ ਗੱਲ ਇਹ ਵੀਰ ਜੀ, ਮੈਂ ਕਿਸੇ ਮੁਖੀ ਦੇ ਸੰਸਥਾ ਦੇ ਮੁਖੀ ਦੇ ਖਿਲਾਫ ਇਹ ਗੱਲ ਕਹਿਣੀ ਨਹੀਂ ਸੀ ਚਾਹੁੰਦਾ,
ਠੀਕ ਹੈ ਨਹੀਂ ਉਹ ਮੈਂ ਗੱਲ ਇਹ ਕਹਿਣੀ ਚਾਹੁੰਦੀ ਵੀ ਸਭ ਤੋਂ ਮਤਲਬ ਹਜ਼ਾਰ ਦਾਨ ਤਾਂ ਅਸੀਂ ਕਰ ਦਿੰਦੇ ਹਾਂ ਪਰ ਜਦੋਂ ਅਸੀਂ ਬਲੱਡ ਬੈਂਕ ਦੇ ਵਿੱਚੋਂ ਲੈਣ ਜਾਂਦੇ ਮੁਖੀਆਂ ਨੂੰ ਸਾਡੇ ਨੂੰ ਇਹ ਚਾਹੀਦਾ ਵੀ ਜਦੋਂ ਅਸੀਂ ਲੈਣ ਜਾਂਦੇ ਹਾਂ ਬਲੱਡ ਬੈਂਕ ਦੇ ਵਿੱਚੋਂ ਉੱਥੇ ਕਹਿ ਕੇ ਰੱਖਣ ਵੀ ਜਦੋਂ ਕੋਈ ਵੀ ਕਿਸੇ ਪੇਸ਼ੈਂਟ ਨੂੰ ਜ਼ਰੂਰਤ ਪਵੇ ਉਹਨੂੰ ਦਿਓ ਪਰ ਸਾਤੋਂ ਹੋਸਪਿਟਲ ਦੇ ਵਿੱਚ 1000 ਰੁਪਇਆ ਮਤਲਬ ਲੈ ਲਿਆ ਜਾਂਦਾ ਅਤੇ ਉਹ ਵੀਰ ਜੀ ਮੈਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੀ ਨਹੀਂ ਬਿਲਕੁਲ ਗੱਲ ਕਰਨੀ ਚਾਹੁੰਦਾ ਸੀਗਾ ਅਤੇ ਉਹ ਮੇਰੇ ਮੈਂ ਮਤਲਬ ਬਹੁਤ ਮੌਤ ਮੇਰੇ ਤੋਂ ਮੈਨੂੰ ਮਾਫ਼ੀ ਦਿਓ ਮੈਨੂੰ ਮਾਫ਼ ਕਰੋ ਆਪਣਾ ਭਰਾ ਸਮਝ ਕੇ ਅਤੇ ਵੱਧ ਤੋਂ ਵੱਧ ਦਾਨ ਮਤਲਬ ਬਲੱਡ ਡੋਨੇਟ ਕਰੋ ਤਾਂ ਜੋ ਸਾਡੇ ਐਮਰਜੈਂਸੀ ਵੇਲੇ ਸਾਡੇ ਬੱਚਿਆਂ ਨੂੰ ਸਾਡੇ ਐਕਸੀਡੈਂਟਲ ਟਾਈਮ 'ਤੇ ਸਾਡੇ ਜਿਹੜੇ ਮਤਲਬ ਮੇਰੇ ਕੋਈ ਵੀ ਭੈਣ ਭਰਾ ਐਕਸੀਡੈਂਟ ਦੇ ਮੌਕੇ ਉਹਨਾਂ ਨੂੰ ਬਲੱਡ ਮਿਲਦਾ ਸੋ ਵੀਰ ਜੀ ਮੇਰੇ ਤੋਂ ਮੇਰੀ ਕਿਸੇ ਵੀ ਕਹੀ ਗੱਲ ਦਾ ਮੈਂ ਮਾਫ਼ੀ ਚਾਹੁੰਦਾ ਮੈਨੂੰ ਮਾਫ਼ ਕਰੋ ਆਪਣਾ ਭਰਾ ਸਮਝ ਕੇ ਮਾਫ਼ ਕਰ ਦਿਓ ਅੱਗੇ ਤੋਂ ਮਤਲਬ ਇਸ ਤਰ੍ਹਾਂ ਦੀ ਕੋਈ ਵੀ ਗੱਲ ਮੈਂ ਨਹੀਂ ਕਰੂੰਗਾ ਅਤੇ ਜਿਹੜੀ ਮੇਰੀ ਆਡੀਓ ਵਾਇਰਲ ਹੋਈ ਹੋਈ ਹੈ ਪਲੀਜ਼ ਉਹਦੇ ਨਾਲ ਮੇਰਾ ਹੁਣ ਅੱਜ ਤੋਂ ਬਾਅਦ ਕੋਈ ਸੰਬੰਧ ਰੱਖਿਓ ਮੇਰੇ ਤੋਂ ਮਤਲਬ ਜਜ਼ਬਾਤਾਂ ਦੇ ਵਿੱਚ ਮੇਰੇ ਤੋਂ ਕਹੀ ਗਈ ਪਲੀਜ਼ ਮੈਨੂੰ ਸਾਰੇ ਮੈਂ ਸੰਸਥਾਵਾਂ ਦੇ ਮੁਖੀਆਂ ਦਾ ਮੈਂ ਬਹੁਤ ਸਤਿਕਾਰ ਕਰਦਾ ਕਿਉਂਕਿ ਮੈਂ ਖੁਦ ਵੀ ਆਪ ਇੱਕ ਸੰਸਥਾ ਦਾ ਮੈਂਬਰ ਵੀ ਹਾਂ ਅਤੇ ਅਸੀਂ ਮਤਲਬ ਬਹੁਤ ਵੱਧ ਚੜ੍ਹ ਕੇ ਸਮਾਜ ਸੇਵਾ ਦੇ ਵਿੱਚ ਬੂਟੇ ਲਾਉਂਦੇ ਹਾਂ ਜਾਂ ਬਹੁਤ ਤਰ੍ਹਾਂ ਦੀਆਂ ਮਤਲਬ ਅਸੀਂ ਉਹ ਕਰਦੇ ਹਾਂ ਅਤੇ ਇਸ ਕਰਕੇ ਮੇਰੀ ਕਿਸੇ ਵੀ ਕਹੀ ਗੱਲ ਦਾ ਪਲੀਜ਼ ਗੁੱਸਾ ਨਾ ਕਰਿਓ ਔਰ ਵੀ ਬਲੱਡ ਡੋਨੇਟਰਾਂ ਨੂੰ ਮੇਰੇ ਵੀ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਤਾਂ ਜੋ ਸਾਡੇ ਮਤਲਬ ਜਿਹੜੇ ਐਮਰਜੈਂਸੀ ਦੇ ਮਤਲਬ ਪੇਸ਼ੈਂਟ ਨੇ ਉਹਨਾਂ ਨੂੰ ਮਤਲਬ ਆਪਾਂ ਮੌਕੇ 'ਤੇ ਬਲੱਡ ਮੁਹੱਈਆ ਕਰਵਾ ਸਕੀਏ ਸੋ ਮੈਂ ਦੁਬਾਰਾ ਫਿਰ ਆਪਣੇ ਭੈਣਾਂ ਭਰਾਵਾਂ ਤੋਂ ਅਤੇ ਆਪਣੇ ਜਿਹੜੇ ਸੰਸਥਾਵਾਂ ਦੇ ਹੈੱਡ ਨੇ ਜਾਂ ਸੰਸਥਾਵਾਂ ਜਿਨ੍ਹਾਂ ਦੇ ਚੱਲਦੇ ਨੇ ਉਹਨਾਂ ਤੋਂ ਮੈਂ ਹੱਥ ਜੋੜ